ਹਾਂਜੀ ਗੱਡੀ ਇੱਧਰੋਂ ਤੇਜ਼ ਆਈ, ਮੂਹਰੇ ਬੈਨਰ ਸੀਗਾ, ਬੈਨਰ ਦੇ ਉੱਪਰ ਦੀ ਗੱਡੀ ਟੱਪ ਕੇ ਜਿਸ ਵੇਲੇ ਗਈ ਆ, ਮੈਂ ਯਕਦਮ ਬ੍ਰੇਕ ਲਾ ਦਿੱਤੀ, ਗੱਡੀ ਜਾ ਕੇ ਉਹਦੇ ਟਰਾਲੀ ਦੇ ਥੱਲੇ ਵੜ ਗਈ, ਮੈਂ ਉੱਥੇ ਟਰਾਲੀ ਜਿੱਦਾਂ ਪਹਿਲਾਂ ਹੀ ਰੋਕ ਦਿੱਤੀ ਹੋ ਸੀਗੀ, ਅਤੇ ਉਹ ਬਾਅਦ 'ਚ ਦੇਖੀ ਆ ਜਿੱਦਾਂ ਲੇਡੀ ਚਲਾ ਰਹੀ ਸੀ ਗੱਡੀ। ਇੱਕ ਟਰੈਕਟਰ ਅਤੇ ਕਾਰ ਦੀ ਭਿਆਨਕ ਟੱਕਰ ਹੋਈ ਔਰ ਇਸ ਹਾਦਸੇ ਮੌਕੇ ਕਾਰ ਸਵਾਰ ਮਹਿਲਾ ਜ਼ਖਮੀ ਹੋਈ। ਲੋਕਾਂ ਨੇ ਬੜੀ ਮੁਸ਼ਕਤ ਬਾਅਦ ਇਸ ਔਰਤ ਨੂੰ ਬਾਹਰ ਕੱਢਿਆ ਅਤੇ ਸਿਵਲ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ। ਤਸਵੀਰਾਂ ਹੁਸ਼ਿਆਰਪੁਰ ਰੋਡ 'ਤੇ ਸ਼੍ਰੀ ਵਾਲਮੀਕ ਚੌਂਕ ਦੀਆਂ ਨੇ ਜਿੱਥੇ ਇਹ ਭਿਆਨਕ ਸੜਕੀ ਹਾਦਸਾ ਹੋਇਆ। ਲੋਕਾਂ ਨੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਕਾਰ ਸਵਾਰ ਮਹਿਲਾ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਅਤੇ ਫਿਰ ਹਸਪੀਟਲ ਲੈ ਗਏ। ਟਰੈਕਟਰ ਚਾਲਕ ਨੇ ਦੱਸਿਆ ਕਿ ਉਹ ਸ਼ੂਗਰ ਮਿੱਲ ਤੋਂ ਆਪਣੀ ਗੰਨੇ ਦੀ ਫਸਲ ਛੱਡ ਕੇ ਵਾਪਸ ਆ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੀ ਕਾਰ ਜਿਸ ਨੂੰ ਇੱਕ ਮਹਿਲਾ ਚਲਾ ਰਹੀ ਸੀ ਅਤੇ ਕਾਰ ਬਹੁਤ ਤੇਜ਼ ਰਫਤਾਰ ਦੇ ਵਿੱਚ ਸੀ। ਬੇਲਗਾਮ ਕਾਰ ਨੂੰ ਦੇਖ ਟਰੈਕਟਰ ਟਰਾਲੀ ਰੋਕ ਲਈ, ਜਿਸ ਤੋਂ ਬਾਅਦ ਸਿੱਧੀ ਕਾਰ ਆ ਕੇ ਟਰੈਕਟਰ ਦੇ ਵਿੱਚ ਵੱਜੀ ਔਰ ਭਾਰੀ ਨੁਕਸਾਨ ਹੋ ਗਿਆ। ਦੱਸਦੇ ਕਿ ਇਸ ਕਾਰ ਨੂੰ ਇੱਕ ਮਹਿਲਾ ਚਲਾ ਰਹੀ ਸੀ ਜਿਸ ਤੋਂ ਨਹੀਂ ਸੰਭਾਲੀ ਗਈ ਔਰ ਦੂਜਾ ਕਾਰ ਦੀ ਰਫਤਾਰ ਬਹੁਤ ਤੇਜ਼ ਸੀ ਜਿਸ ਕਾਰਨ ਖੜ੍ਹੇ ਟਰੈਕਟਰ ਦੇ ਵਿੱਚ ਵੱਜੀ। ਫਿਲਹਾਲ ਲੋਕਾਂ ਨੇ ਇਸ ਔਰਤ ਨੂੰ ਬਾਹਰ ਕੱਢਿਆ ਅਤੇ ਸਿਵਲ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ। ਮੇਰਾ ਨਾਮ ਭਾਜੀ ਮਨਜੀਤ ਸਿੰਘ ਆ। ਹਾਂਜੀ, ਕਿਹੜੇ ਪਿੰਡ ਤੋਂ ਆ ਜੀ? ਜਿੰਦੋਵਾਲ ਤੋਂ ਆ ਜੀ। ਹਾਂਜੀ, ਮੈਂ ਮਹਿਲ ਤੋਂ ਗੰਨਾ ਲਾ ਕੇ ਆਉਂਦਾ ਸੀਗਾ। ਹਾਂਜੀ, ਮੈਂ ਆਪਣੀ ਬਿਲਕੁਲ ਸਾਈਡ 'ਤੇ ਆਉਂਦਾ ਸੀ। ਹਾਂਜੀ, ਗੱਡੀ ਇੱਧਰੋਂ ਤੇਜ਼ ਆਈ, ਮੂਹਰੇ ਬੈਨਰ ਸੀਗਾ, ਬੈਨਰ ਦੇ ਉੱਪਰ ਦੀ ਗੱਡੀ ਟੱਪ ਕੇ ਜਿਸ ਵੇਲੇ ਗਈ ਆ, ਮੈਂ ਯਕਦਮ ਬ੍ਰੇਕ ਲਾ ਦਿੱਤੀ, ਮੈਂ ਕਿਹਾ ਵੀ ਗੱਡੀ ਟੱਪ ਕੇ ਵੱਖ ਨੂੰ ਚੱਲ ਗਈ। ਉਹ ਇੱਦਾਂ ਨਹੀਂ ਪਤਾ ਲੱਗਿਆ ਵੀ ਜਾਨੂੰ ਗੱਡੀ ਟੱਪ ਕੇ ਜਾਂ ਮੈਂ ਬ੍ਰੇਕ ਲਾ ਦਿੱਤੀ, ਆਪਣੇ ਤੋਂ ਬ੍ਰੇਕ ਲਾਈ ਵੀ ਮੇਰੇ 'ਚ ਨਾ ਵੱਜੇ, ਗੱਡੀ ਜਾ ਕੇ ਉਹਦੇ ਟਰਾਲੀ ਦੇ ਥੱਲੇ ਵੜ ਗਈ, ਮੈਂ ਉੱਥੇ ਟਰਾਲੀ ਜਿੱਦਾਂ ਪਹਿਲਾਂ ਹੀ ਰੋਕ ਦਿੱਤੀ ਹੋ ਸੀਗੀ, ਅਤੇ ਉਹ ਬਾਅਦ 'ਚ ਦੇਖੀ ਆ ਜਿੱਦਾਂ ਲੇਡੀ ਚਲਾ ਰਹੀ ਸੀ ਗੱਡੀ। ਹਾਂਜੀ, ਮੈਂ ਤਾਂ ਬਿਲਕੁਲ ਆਪਣੀ ਸਾਈਡ 'ਤੇ ਸੀ, ਕੋਈ ਮੇਰਾ ਕਸੂਰ ਨਹੀਂ, ਨਾ ਕੋਈ ਮੈਂ ਨਸ਼ੇ ਵਾਲਾ ਆ ਜਾਂ ਕੋਈ ਖਾਣਾ ਪੀਣਾ ਆ, ਰਾਜ ਸਵਾਮੀ ਬੰਦਾ ਆ, ਬਿਲਕੁਲ ਹੌਲੀ ਆਉਣਾ ਇੱਥੋਂ ਨਿਕਲਿਆ ਹਜੇ, ਮੈਂ ਤਾਂ ਪਹਿਲਾਂ ਹੀ ਗੱਡੀ ਰੋਕਤੀ ਆ, ਭਾਜੀ ਹੁਣੀ ਮਗਰ ਆਉਂਦੇ ਸੀ ਨਿਆਣੇ ਮੁੰਡੇ, ਇਹਨੀ ਵੀ ਦੇਖਿਆ ਵੀ ਗੱਡੀ ਉਹ ਕਾਰ ਗਲਤ ਗਈ ਆ, ਤਾਂ ਮੈਂ ਗੱਡੀ ਆਪਣੀ। ਕਾਰ ਦੇ ਵਿੱਚ ਕਿੰਨੇ ਵਿਅਕਤੀ ਸੀ ਜੀ? ਕਾਰ ਦੇ ਵਿੱਚ ਇੱਕੋ ਜਾਣਾ ਸੀ, ਜਨਾਨੀ ਸੀਗੀ ਜੀ, ਜਨਾਨੀ ਵੈ ਚਲਾਉਂਦੀ ਸੀਗੀ, ਬੰਦਿਆਂ ਸਾਰਿਆਂ ਨੇ ਦੇਖਿਆ ਜਦੋਂ ਮੈਂ ਇੱਕਦਮ ਟਰੈਕਟਰ ਰੋਕ ਦ। ਹਾਂਜੀ, ਗੱਡੀ ਇੱਧਰੋਂ ਤੇਜ਼ ਆਈ, ਮੂਹਰੇ ਬੈਨਰ ਸੀਗਾ, ਬੈਨਰ ਦੇ ਉੱਪਰ ਦੀ ਗੱਡੀ ਟੱਪ ਕੇ ਜਿਸ ਵੇਲੇ ਗਈ ਆ, ਮੈਂ ਯਕਦਮ ਬ੍ਰੇਕ ਲਾ ਦਿੱਤੀ, ਗੱਡੀ ਜਾ ਕੇ ਉਹਦੇ ਟਰਾਲੀ ਦੇ ਥੱਲੇ ਵੜ ਗਈ, ਮੈਂ ਉੱਥੇ ਟਰਾਲੀ ਜਿੱਦਾਂ ਪਹਿਲਾਂ ਹੀ ਰੋਕ ਦਿੱਤੀ ਹੋ ਸੀਗੀ, ਅਤੇ ਉਹ ਬਾਅਦ 'ਚ ਦੇਖੀ ਆ ਜਿੱਦਾਂ ਲੇਡੀ ਚਲਾ ਰਹੀ ਸੀ ਗੱਡੀ। ਇੱਕ ਟਰੈਕਟਰ ਅਤੇ ਕਾਰ ਦੀ ਭਿਆਨਕ ਟੱਕਰ ਹੋਈ ਔਰ ਇਸ ਹਾਦਸੇ ਮੌਕੇ ਕਾਰ ਸਵਾਰ ਮਹਿਲਾ ਜ਼ਖਮੀ ਹੋਈ। ਲੋਕਾਂ ਨੇ ਬੜੀ ਮੁਸ਼ਕਤ ਬਾਅਦ ਇਸ ਔਰਤ ਨੂੰ ਬਾਹਰ ਕੱਢਿਆ ਅਤੇ ਸਿਵਲ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ। ਤਸਵੀਰਾਂ ਹੁਸ਼ਿਆਰਪੁਰ ਰੋਡ 'ਤੇ ਸ਼੍ਰੀ ਵਾਲਮੀਕ ਚੌਂਕ ਦੀਆਂ ਨੇ ਜਿੱਥੇ ਇਹ ਭਿਆਨਕ ਸੜਕੀ ਹਾਦਸਾ ਹੋਇਆ। ਲੋਕਾਂ ਨੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਕਾਰ ਸਵਾਰ ਮਹਿਲਾ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਅਤੇ ਫਿਰ ਹਸਪੀਟਲ ਲੈ ਗਏ। ਟਰੈਕਟਰ ਚਾਲਕ ਨੇ ਦੱਸਿਆ ਕਿ ਉਹ ਸ਼ੂਗਰ ਮਿੱਲ ਤੋਂ ਆਪਣੀ ਗੰਨੇ ਦੀ ਫਸਲ ਛੱਡ ਕੇ ਵਾਪਸ ਆ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੀ ਕਾਰ ਜਿਸ ਨੂੰ ਇੱਕ ਮਹਿਲਾ ਚਲਾ ਰਹੀ ਸੀ ਅਤੇ ਕਾਰ ਬਹੁਤ ਤੇਜ਼ ਰਫਤਾਰ ਦੇ ਵਿੱਚ ਸੀ। ਬੇਲਗਾਮ ਕਾਰ ਨੂੰ ਦੇਖ ਟਰੈਕਟਰ ਟਰਾਲੀ ਰੋਕ ਲਈ, ਜਿਸ ਤੋਂ ਬਾਅਦ ਸਿੱਧੀ ਕਾਰ ਆ ਕੇ ਟਰੈਕਟਰ ਦੇ ਵਿੱਚ ਵੱਜੀ ਔਰ ਭਾਰੀ ਨੁਕਸਾਨ ਹੋ ਗਿਆ। ਦੱਸਦੇ ਕਿ ਇਸ ਕਾਰ ਨੂੰ ਇੱਕ ਮਹਿਲਾ ਚਲਾ ਰਹੀ ਸੀ ਜਿਸ ਤੋਂ ਨਹੀਂ ਸੰਭਾਲੀ ਗਈ ਔਰ ਦੂਜਾ ਕਾਰ ਦੀ ਰਫਤਾਰ ਬਹੁਤ ਤੇਜ਼ ਸੀ ਜਿਸ ਕਾਰਨ ਖੜ੍ਹੇ ਟਰੈਕਟਰ ਦੇ ਵਿੱਚ ਵੱਜੀ।
ਫਿਲਹਾਲ ਲੋਕਾਂ ਨੇ ਇਸ ਔਰਤ ਨੂੰ ਬਾਹਰ ਕੱਢਿਆ ਤੇ ਸਿਵਲ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ। ਮੇਰਾ ਨਾਮ ਭਾਜੀ ਮਨਜੀਤ ਸਿੰਘ ਆ। ਹਾਂਜੀ, ਕਿਹੜੇ ਪਿੰਡ ਤੋਂ ਆ ਜੀ? ਜਿੰਦੋਵਾਲ ਤੋਂ ਆ ਜੀ। ਹਾਂਜੀ, ਮੈਂ ਮਹਿਲ ਤੋਂ ਗੰਨਾ ਲਾ ਕੇ ਆਉਂਦਾ ਸੀਗਾ। ਹਾਂਜੀ, ਮੈਂ ਆਪਣੀ ਬਿਲਕੁਲ ਸਾਈਡ ਤੇ ਆਉਂਦਾ ਸੀ। ਹਾਂਜੀ, ਗੱਡੀ ਇਧਰੋਂ ਤੇਜ਼ ਆਈ, ਮੂਹਰੇ ਬੈਨਰ ਸੀਗਾ, ਬੈਨਰ ਦੇ ਉੱਪਰ ਦੀ ਗੱਡੀ ਟੱਪ ਕੇ ਜਿਸ ਵੇਲੇ ਗਈ ਆ, ਮੈਂ ਯਕਦਮ ਬ੍ਰੇਕ ਲਾ ਦਿੱਤੀ। ਮੈਂ ਕਿਹਾ ਵੀ ਗੱਡੀ ਟੱਪ ਕੇ ਵੱਖ ਨੂੰ ਚੱਲ ਗਈ। ਉਹ ਇੱਦਾਂ ਨਹੀਂ ਪਤਾ ਲੱਗਿਆ ਵੀ ਜਾਨੂ ਗੱਡੀ ਟੱਪ ਕੇ ਜਾਂ ਮੈਂ ਬ੍ਰੇਕ ਲਾ ਦਿੱਤੀ, ਆਪਣੇ ਬ੍ਰੇਕ ਲਾਈ ਵੀ ਮੇਰੇ 'ਚ ਨਾ ਵੱਜੇ। ਗੱਡੀ ਜਾ ਕੇ ਉਹਦੇ ਟਰਾਲੀ ਦੇ ਥੱਲੇ ਵੜ ਗਏ, ਮੈਂ ਉੱਥੇ ਟਰਾਲੀ ਜਿੱਦਾਂ ਪਹਿਲਾਂ ਹੀ ਰੋਕ ਦਿੱਤੀ ਹੋ ਸੀਗੀ, ਅਤੇ ਉਹ ਬਾਅਦ 'ਚ ਦੇਖੀ ਆ ਜਿੱਦਾਂ ਲੇਡੀ ਚਲਾ ਰਹੀ ਸੀ ਗੱਡੀ। ਹਾਂਜੀ, ਮੈਂ ਤਾਂ ਬਿਲਕੁਲ ਆਪਣੀ ਸਾਈਡ 'ਤੇ ਸੀ, ਕੋਈ ਮੇਰਾ ਕਸੂਰ ਨਹੀਂ, ਨਾ ਕੋਈ ਮੈਂ ਨਸ਼ੇ ਵਾਲਾ ਆ ਜਾਂ ਕੋਈ ਖਾਣਾ ਪੀਣਾ ਆ, ਰਾਜ ਸਵਾਮੀ ਬੰਦਾ ਆ, ਬਿਲਕੁਲ ਹੌਲੀ ਆਉਣਾ ਇੱਥੋਂ ਨਿਕਲਿਆ। ਹਜੇ ਮੈਂ ਤਾਂ ਪਹਿਲਾਂ ਹੀ ਗੱਡੀ ਰੋਕਤੀ ਆ, ਭਾਜੀ ਹੁਣੀ ਮਗਰ ਆਉਂਦੇ ਸੀ ਨਿਆਣੇ ਮੁੰਡੇ, ਇਹਨੀ ਵੀ ਦੇਖਿਆ ਵੀ ਗੱਡੀ ਉਹ ਕਾਰ ਗਲਤ ਗਈ ਆ, ਤਾਂ ਮੈਂ ਗੱਡੀ ਆਪਣੀ। ਕਾਰ ਦੇ ਵਿੱਚ ਕਿੰਨੇ ਵਿਅਕਤੀ ਸੀਗੇ ਜੀ? ਕਾਰ ਦੇ ਵਿੱਚ ਇੱਕੋ ਜਾਣਾ ਸੀ, ਜਨਾਨੀ ਸੀਗੀ ਜੀ, ਜਨਾਨੀ ਵੀ ਚਲਾਉਂਦੀ ਸੀਗੀ। ਬੰਦਿਆਂ ਸਾਰਿਆਂ ਨੇ ਦੇਖਿਆ ਜਦੋਂ ਮੈਂ ਇੱਕਦਮ ਟਰੈਕਟਰ ਰੋਕ